डेरा बाबा नानक शहीद परसन स्टेडियम विच मनाए जा रहे नेकी ते बदी दा प्रतीक त्यौहार दशहरे मौके पंजाब दे मुख मंत्री सरदार भगवंत मान इस राज पद्धरी समागम विच पहुंच रहे हन, जिस नूं लैके अज डीसी गुरदासपुर उमा शंकर गुप्ता, डीआईजी सुरिंदर पाल सिंह, एसएसपी बटाला सहेल कासम मीर अते होर प्रशासन अधिकारियों वल्लों उक्त जगह दा जायजा लिया गया। इस संबंधी पत्रकारां नूं जानकारी देंदे होए डीआईजी सुरिंदर पाल सिंह ने दस्सिया कि मानयोग मुख मंत्री सरदार भगवंत सिंह मान 12 अक्टूबर नूं दशहरे दा त्यौहार सरहदी इलाके दे लोकां नाल मनाउण लई पहुंच रहे हन ते पंजाब पुलिस वल्लों सिक्योरिटी दे पुख्ता प्रबंध कीते गए हन। उधर हलका इंचार्ज आम आदमी पार्टी डेरा बाबा नानक गुरदीप सिंह रंधावा ने कहा कि इतिहास च पहली बार हलका डेरा बाबा नानक विच राज पद्धरी समागम हो रहा है, जिस विच पंजाब दे मानयोग मुख मंत्री सरदार भगवंत सिंह मान हलका डेरा बाबा नानक दे वासियां नाल नेकी ते बदी दे प्रतीक त्यौहार दशहरे दीआं खुशियां साझियां करनगे। उन्हां हलके दे लोकां नूं अपील कीती है कि इस राज पद्धरी समागम विच शमूलियत करके नेकी ते बदी दे प्रतीक दशहरे दीआं खुशियां साझियां करो अते आपसी भाईचारक सांझ बरकरार रखी जावे। ब्यूरो रिपोर्ट, आल पंजाब न्यूज़। ਹਾਂਜੀ, ਦੁਸਹਿਰੇ ਦੇ ਮੌਕੇ ਮੌਕੇ 'ਤੇ ਮਾਨਯੋਗ ਸੀ ਐੱਮ ਸਾਹਿਬ ਆ ਰਹੇ ਆ ਜੀ। ਉਹ ਤਾਂ ਸਰ ਅਸੀਂ ਸਿਕਿਉਰਿਟੀ ਰਿਵਿਊ ਕਰਨ ਆਏ ਹਾਂ ਅਤੇ ਕੱਲ੍ਹ ਇੱਥੇ ਦੁਸਹਿਰਾ ਮਨਾਇਆ ਜਾਊਗਾ ਅਤੇ ਮਾਨਯੋਗ ਸੀ ਐੱਮ ਸਾਹਿਬ ਇੱਥੇ ਸ਼ਿਰਕਤ ਕਰਨਗੇ। ਕਿਹੜੀ ਜਗ੍ਹਾ ਇੱਥੇ ਜਿੱਥੇ ਆਪਾਂ ਸਟੇਡੀਅਮ 'ਚ ਖੜ੍ਹੇ ਹਾਂ। ਟਾਈਮਿੰਗ ਟਾਈਮਿੰਗ ਹੁਣ ਟਾਈਮਿੰਗ ਫਾਈਨਲ ਕਰ ਰਹੇ ਜੀ। ਟਾਈਮਿੰਗ ਤਾਂ ਸ਼ਾਮ ਦਾ ਹੀ ਹੁੰਦਾ ਹੈ ਅਤੇ ਕੋਈ ਮੈਸੇਜ ਪਬਲਿਕ ਵਾਸਤੇ? ਪਬਲਿਕ ਨੂੰ ਤਾਂ ਦੁਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਔਰ ਜੇ ਜਿੱਦਾਂ ਕਿ ਪੰਜਾਬ 'ਚ ਆਪਸੀ ਭਾਈਚਾਰਾ ਅਸੀਂ ਸਾਰੇ ਹਮੇਸ਼ਾ ਬਣਾ ਕੇ ਰੱਖਿਆ ਹੈ ਅਤੇ ਇਹਨਾਂ ਚੋਣਾਂ 'ਚ ਵੀ ਸਾਰੀ ਪਬਲਿਕ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਰੱਖੂੰਗਾ ਕਿ ਚੋਣਾਂ ਦਾ ਦੌਰ ਤਾਂ 1-2 ਦਿਨ ਬਾਅਦ ਖਤਮ ਹੋ ਜਾਣਾ, ਪਰ ਜਿਹੜਾ ਸਾਡਾ ਆਪਸੀ ਪਿਆਰ ਆਪਸੀ ਭਾਈਚਾਰਾ ਉਹ ਕਿਸੇ ਕੀਮਤ 'ਤੇ ਖਤਮ ਨਹੀਂ ਹੋਣਾ। ਸਰ, ਸਿਕਿਉਰਿਟੀ ਪੁਆਇੰਟ ਨੂੰ ਲੈ ਕੇ ਕਿੰਨੀ ਫੋਰਸ ਲਗਾਈ ਜਾ ਰਹੀ ਹੈ? ਇਹ ਸਿਕਿਉਰਿਟੀ ਕਾਰਨ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਥੈਂਕ ਯੂ। ਕੱਲ੍ਹ ਦੁਸਹਿਰੇ ਦੇ ਤਿਉਹਾਰ 'ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਡੇਰਾ ਬਾਬਾ ਨਾਨਕ ਦੇ ਚੇਚੇ ਤੌਰ 'ਤੇ ਪਹੁੰਚ ਰਹੇ ਨੇ, ਜਿਹੜੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਤਿਹਾਸ 'ਚ ਪਹਿਲੀ ਵਾਰੀ ਕੋਈ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਦੁਸਹਿਰੇ ਦੇ ਤਿਉਹਾਰ 'ਤੇ ਡੇਰਾ ਬਾਬਾ ਨਾਨਕ 'ਚ ਆ ਰਹੇ ਨੇ। ਮੈਂ ਧੰਨਵਾਦ ਕਰਦਾ ਉਹਨਾਂ ਦਾ। ਟਾਈਮਿੰਗ ਤੇ ਕਿਹੜੀ ਜਗ੍ਹਾ? ਲਗਭਗ 5:30 ਵਜੇ ਤੱਕ ਜਿਹੜਾ ਮੁੱਖ ਮੰਤਰੀ ਸਾਹਿਬ ਇੱਥੇ ਆ ਜਾਣਗੇ ਅਤੇ ਸ਼ਹੀਦ ਭਗਤ ਸਿੰਘ ਜਿਹੜੀ ਸਟੇਡੀਅਮ ਬਣਿਆ ਡੇਰਾ ਬਾਬਾ ਨਾਨਕ 'ਚ, ਇਸ ਜਗ੍ਹਾ 'ਤੇ ਸਾਰਾ ਫੰਕਸ਼ਨ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਹੋਣਾ। ਪ੍ਰੋਗਰਾਮ ਬਿਲਕੁਲ ਬਿਲਕੁਲ ਜੀ ਫਾਈਨਲ।